किसान अंदोलन नू 21 दिन तो वध दा समा हो चुका है ते हुने भी किसान उसे तरह बॉर्डर ते डटे हुए ने ते अपने हक्का दी मांग केंद्र सरकार दे कोलों कर रहे ने। पिछले दिन केंद्र सरकार दे वलों लिखती प्रस्ताव किसानों नू भेजा गया सी जो कि किसानों दे वलों रद्द कर दिता गया ते उन्हां दी इक्को मांग है कि कानूनां नू रद्द किया जावे। उत्थे जेकर गल करिए जिला गुरदासपुर दे एक पिंड औलक बेरिया दी तां उत्थों दे किसान भी दिल्ली मोर्चे दे विच शामिल ने ते उन्हां दे मगरों उन्हां दीआं महिलावां भैणां ते बच्चियां वलों खेत विच काम किया जा रहा है ते उन्हां दा कहना है कि जो केंद्र सरकार ने एह कानून बनाए ने एह किसानां नूं बर्बाद करन वाले ने जिस करके किसान लगातार ही विरोध कर रहे ने ते केंद्र सरकार दे कोलों एह मांग कर रहे ने कि एह कानून छेती तों छेती रद्द कीते जाण। देखो गुरदासपुर तों अवतार सिंह दी इस खास रिपोर्ट नूं। ਅਸੀਂ ਜੀ ਮਤਲਬ ਸਾਰਾ ਹੀ ਕੰਮ ਮਤਲਬ ਚੜ੍ਹਦੀ ਕਲਾ ਵਿੱਚ ਕਰਦੇ ਹਾਂ, ਬੱਚਿਆਂ ਦਾ ਕਾਰੋਬਾਰ ਦਾ ਮਤਲਬ ਖੇਤੀ ਦਾ ਜੋ ਵੀ ਮਤਲਬ ਸਾਡੇ ਘਰ 'ਚ ਸਾਰੇ ਕਾਰੋਬਾਰ ਮਤਲਬ ਅਸੀਂ ਸਾਰਾ ਚੜ੍ਹਦੀ ਕਲਾ ਵਿੱਚ ਕਰਦੇ ਹਾਂ। ਅਸੀਂ ਤਾਂ ਕਹਿੰਦੇ ਹਾਂ ਵੀ ਜਿਹੜੇ ਸੰਘਰਸ਼ ਕਰਨਗੇ ਉਹ ਵੀ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਚੜ੍ਹਦੀ ਕਲਾ ਮਤਲਬ ਕਰਕੇ ਤਾਂ ਆਪਣੇ ਘਰ ਸੰਘਰਸ਼ ਜਿੱਤ ਕੇ ਅਤੇ ਵਾਪਸ ਆਉਣ। ਉਹ ਤਾਂ ਗੱਲ ਤੁਹਾਡੀ ਠੀਕ ਹੈ, ਜਦੋਂ ਵੀ ਮੋਤਵਾਰ ਬੰਦੇ ਨੂੰ ਸਾਰੇ ਕੰਮ ਚਾਹੀਦੇ ਕਰਨੇ, ਪਰ ਚਲੋ ਜਦੋਂ ਜੋ ਸੰਘਰਸ਼ ਵਿੱਚ ਗਏ ਆ ਤਾਂ ਫਿਰ ਸਾਰਾ ਕੰਮ ਪਿੱਛੇ ਸਾਂਭਣ ਨੂੰ ਆਪ ਨੂੰ ਕੋਈ ਮੁਸ਼ਕਲ ਨਹੀਂ ਆ। ਅਸੀਂ ਸਾਰਾ ਕੰਮ ਸਾਂਭਾਂਗੇ, ਮਗਰੋਂ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਵਾਂਗੇ। ਉਹਨੂੰ ਸਾਨੂੰ ਕੋਈ ਮੁਸ਼ਕਲ ਨਹੀਂ ਜੀ, ਅਸੀਂ ਸਾਰਾ ਮਤਲਬ ਭਾਵੇਂ ਸਾਨੂੰ ਜਿੰਨੀ ਮਰਜ਼ੀ ਜਲਦੀ ਉੱਠਣਾ ਪਏ ਅਸੀਂ ਆਪਣਾ ਸਾਰਾ ਕਾਰੋਬਾਰ ਆਪਣਾ ਸਾਂਭਾਂਗੇ। ਅਸੀਂ ਤਾਂ ਇਹੋ ਹੀ ਕਹਿੰਦੇ ਹਾਂ ਵੀ ਆਪਣੀ ਫਤਿਹ 'ਚ ਕਰਕੇ ਤਾਂ ਆਪਣੀ ਦਿੱਲੀ ਮਤਲਬ ਜਿੱਤ ਕੇ ਆਪਣੇ ਘਰ ਨੂੰ ਆਉਣ। ਹਾਂਜੀ ਹਾਂਜੀ ਭਾਅ ਜੀ, ਅਸੀਂ 6 ਵਜੇ ਦੇ ਆਏ ਹਾਂ ਸੁਬਹਾ ਦੇ ਅਤੇ ਬੰਦੇ ਨਾਲ ਲੈਕਰ ਆਏ ਹਾਂ, ਘਰ ਤਾਲੇ ਲਗਾਏ, ਰੋਟੀ ਪਾਣੀ ਇਹਨਾਂ ਦਾ ਵੀ ਨਾਲ ਲੈਂਦਾ ਆਪਣਾ ਵੀ ਲੈਂਦਾ ਵਾ ਅਤੇ ਕੰਮ ਕਰ ਰਹੇ ਹਾਂ। 6 ਵਜੇ ਫਿਰ ਵਾਪਸ ਮੁੜਾਂਗੇ ਅਤੇ ਬੱਚੇ ਆਪਾਂ ਉੱਥੇ ਅਮਰਿੰਦਰ ਸਿੰਘ ਭੇਜੇ ਆ ਦਿੱਲੀ, ਅਸੀਂ ਕਿਹਾ ਜੰਗ ਜਿੱਤ ਕੇ ਘਰ ਨੂੰ ਆਉਣਾ ਵਾ ਭਾਵੇਂ 6 ਮਹੀਨੇ ਲੱਗ ਜਾਣ, ਕੋਈ ਬਾਤ ਨਹੀਂ। ਲੇਕਿਨ ਇੰਨਾ ਟਾਈਮ ਹੋ ਗਿਆ ਸਰਕਾਰ ਦੇ ਸਿਰ ਉੱਤੇ ਕੋਈ ਵੀ ਜੂਨ ਨਾ ਨਾ ਜੀ ਨਾ, ਉਹਨਾਂ ਦਾ ਕੋਈ ਨਹੀਂ ਹੈਗਾ, ਉਹਨਾਂ ਨੇ ਤਾਂ ਮਹਿੰਗਾਈਆਂ ਕਰਤੀਆਂ, ਸਿਲੰਡਰ ਜਿਹੜੇ ਮਹਿੰਗੇ ਕਰਤੇ, ਖਾਦਾਂ ਮਹਿੰਗੀਆਂ ਕਰਤੀਆਂ, ਮਜ਼ਬੂਰ ਤਾਂ ਥੱਲੇ ਲੱਗੇ ਦੇ ਆ, ਕੋਈ ਪੈਸਾ ਨਹੀਂ, ਕੋਈ ਧੇਲਾ ਨਹੀਂ, ਕੋਈ ਦੁੱਧ ਵੇਚੇਗਾ ਤਾਂ ਖਰਚਾ ਕਰੇਗਾ, ਸੌਦਾ ਲਿਆਏਗਾ। ਤੁਹਾਡੇ ਘਰ 'ਚੋਂ ਕਿੰਨੇ ਜਾਣੇ ਗਏ ਨੇ? ਸਾਡੇ ਘਰ 'ਚੋਂ ਗੁਰਪ੍ਰੀਤ, ਉਹਨਾਂ ਦਾ ਚਾਚਾ ਜੀ, 2-4 ਜੀ ਗਏ ਸਾਡੇ। ਕੁਝ ਕੰਮ ਇਹੋ ਜਿਹੇ ਵੀ ਹੁੰਦੇ ਨੇ ਕਿ ਘਰ ਦਾ ਮੇਨ ਬੰਦਾ ਜਾਂ ਉਹਦੇ ਉਹੀ ਕਰ ਸਕਦਾ? ਹਾਂਜੀ ਹਾਂਜੀ, ਗੁਰਪ੍ਰੀਤ ਮੇਨ ਜੀ, ਉਹਦੇ ਤੋਂ ਬਗੈਰ ਤਾਂ ਕੋਈ ਚੱਲ ਹੀ ਨਹੀਂ ਰਿਹਾ ਕੰਮ, ਹੁਣ ਚਲਾਉਣਾ ਪੈਂਦਾ ਵਾ, ਠੀਕ ਹੈ ਵਾ, ਹੁਣ ਕਰਨਾ ਪੈਣਾ ਵਾ। ਆਖਣਾ ਬੱਚਿਓ ਤੁਸੀਂ ਆਪਣਾ ਕੰਮ ਕਰੋ ਜਾ ਕੇ, ਅਸੀਂ ਘਰ ਦਾ ਸੰਭਾਲ ਲੈਂਦੇ ਹਾਂ, ਕੋਈ ਗੱਲ ਨਹੀਂ, ਭਾਵੇਂ 6 ਮਹੀਨੇ ਲੱਗ ਜਾਣ, ਸਾਲ ਲੱਗ ਜਾਏ, ਤੁਸੀਂ ਬੈਠੇ ਰਹਿਣਾ ਉੱਥੇ। ਹਾਂਜੀ, ਮੇਰੇ ਬ੍ਰਦਰ ਮਿਲ ਕੇ ਦਿੱਲੀ ਗਏ ਹੋਏ ਨੇ, ਹਾਂਜੀ, ਅਤੇ ਬਹੁਤ ਔਖਿਆਈ ਹੁੰਦੀ ਉਹਨਾਂ ਨੂੰ ਕੰਮ 'ਚ, ਖੇਤਾਂ ਦਾ ਵੀ ਕਰਨਾ, ਘਰ ਦਾ ਵੀ ਕਰਨਾ। ਅਤੇ ਮੈਂ ਮੋਦੀ ਸਰਕਾਰ ਨੂੰ ਇਹੀ ਕਹਿਣਾ ਚਾਹੂੰਗੀ, ਜੋ ਉਹਨਾਂ ਨੇ ਖੇਤੀ ਦੇ ਆਰਡੀਨੈਂਸ ਜਾਰੀ ਕੀਤੇ, ਉਹਨਾਂ ਨੂੰ ਰੱਦ ਕਰਨੇ ਚਾਹੀਦੇ ਆ, ਜੋ ਕਿਸਾਨਾਂ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ। ਹਾਂਜੀ, ਇੱਦਾਂ ਮਿਲ ਕੇ ਤੁਹਾਨੂੰ ਪਤਾ ਕਿ ਹੁਣ ਉੱਪਰੋਂ ਕਿੰਨਾ ਠੰਡ ਵੀ ਪੈ ਰਹੀ ਹੈ, ਕਿੰਨੀ ਔਖਿਆਈ ਹੁੰਦੀ ਆ, ਘਰ ਵੀ ਔਖਿਆਈ ਹੋਣ ਦੀ, ਮਿਲ ਕੇ ਪੈਰਾਂ 'ਚ ਕੰਮ ਵੀ ਕਰਨਾ, ਅਤੇ ਉੱਥੇ ਦਿੱਲੀ ਵਾਲਿਆਂ ਨੂੰ ਵੀ ਕਿਸਾਨਾਂ ਨੂੰ ਔਖਿਆਈ ਹੁੰਦੀ, ਸਾਨੂੰ ਠੰਡ ਵਿੱਚ ਉਹ ਬੈਠੇ ਹੋਏ ਨੇ। ਹਾਂਜੀ, ਅਤੇ ਮਿਲ ਕੇ ਮੋਦੀ ਸਰਕਾਰ ਨੂੰ ਇਹੀ ਚਾਹੀਦਾ, ਬੀਜੇਪੀ ਨੂੰ ਇਹੀ ਚਾਹੀਦਾ ਕਿ ਉਹ ਜਿਹੜੇ ਆਰਡੀਨੈਂਸ ਉਹਨਾਂ ਜਾਰੀ ਕੀਤੇ ਉਹਨੂੰ ਰੱਦ ਕਰਨ। ਇੰਨਾ ਟਾਈਮ ਹੋ ਗਿਆ ਸਰਕਾਰ ਦੇ ਸਿਰ 'ਤੇ, ਹਜੇ ਵੀ ਕੋਈ ਜੂਨ ਹੀ ਸਰਕੀ ਨਹੀਂ? ਕੋਈ ਨਹੀਂ ਜੀ, ਨਹੀਂ ਸਰਕੀ ਤਾਂ, ਹਾਂਜੀ, ਅੱਗੇ ਕਿਸਾਨ ਹੈ ਉਹ, ਮਿਲ ਕੇ ਬਹਾਦਰ ਕੌਮ ਹੈ, ਸਿੱਖ ਫੈਮਿਲੀ ਦੇ ਸਾਰੇ ਮਿਲ ਕੇ ਗਏ ਉਹਨੇ, ਜੋ ਵੀ ਹੈ ਨਾ ਉਹਨਾਂ ਨੂੰ ਚਾਹੀਦਾ ਕਿ ਕਿਸਾਨ ਜੇ ਮਿਲ ਕੇ ਸੰਘਰਸ਼ ਜੇ ਉਹਨਾਂ ਨੇ ਜਾਰੀ ਕੀਤਾ, ਉਹ ਜਿੱਤ ਕੇ ਹੀ ਆਉਣਗੇ। ਹਾਂਜੀ, ਘਰ ਤੁਸੀਂ ਇੱਥੇ ਕਿੰਨੇ ਬੰਦੇ ਲਗਾਏ ਹੋਏ ਜਿਹੜੇ ਕੰਮ ਕਰ ਰਹੇ ਨੇ? ਹਾਂਜੀ, ਕਮ ਸੇ ਕਮ 12-13 ਆਏ ਨੇ। ਅਤੇ ਕਿੰਨੇ ਜਾਣੇ ਤੁਹਾਡੇ ਘਰ ਦੇ, ਕਿੰਨੇ ਜਾਣੇ ਜੀ ਇੱਥੇ ਆਏ ਨੇ? ਹਾਂਜੀ, ਅਸੀਂ ਮਿਲ ਕੇ ਸਾਡੇ ਤਾਈ ਜੀ ਆਏ ਨੇ, ਮੰਮੀ ਜੀ ਘਰੇ ਨੇ ਚੱਲ, ਅਤੇ ਚਾਚੀ ਜੀ ਆਏ ਹੋਏ ਨੇ, ਅਸੀਂ ਮਿਲ ਕੇ ਰਲ ਕੇ ਸਾਰਾ ਕੰਮ ਕਰਵਾ ਰਹੇ ਹਾਂ।